ਜੈਪਾਲ ਭੁੱਲਰ ਦੇ ਪਰਿਵਾਰ ਨੇ ਹੁਣ ਹਾਈ ਕੋਰਟ ਵੱਲ ਨੂੰ ਰੁਖ ਕੀਤਾ ਹੈ ਅਤੇ ਭੁੱਲਰ ਦੇ ਦੁਬਾਰਾ ਪੋਸਟਮਾਰਟਮ ਕੀਤੇ ਜਾਣ ਦੀ ਮੰਗ ਕੀਤੀ ਹੈ। ਦੱਸਦੇ ਕਿ 9 ਜੂਨ ਨੂੰ ਜੈਪਾਲ ਭੁੱਲਰ ਦਾ ਕਲਕੱਤਾ ਚ ਪੰਜਾਬ ਪੁਲਿਸ ਦੇ ਓਕੂ ਅਤੇ ਐਸਟੀਐਫ ਕਲਕੱਤਾ ਦੀ ਟੀਮ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭੁੱਲਰ ਦੀ 12 ਤਰੀਕ ਨੂੰ ਮ੍ਰਿਤਕ ਦੇਹ ਉਸਦੇ ਜੱਦੀ ਘਰ ਫਿਰੋਜ਼ਪੁਰ ਲਿਆਂਦੀ ਗਈ ਸੀ, ਪਰ ਹਲੇ ਤੱਕ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਜੈਪਾਲ ਦੇ ਪਿਤਾ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਜੈਪਾਲ ਨੂੰ ਟੋਰਚਰ ਕੀਤਾ ਗਿਆ, ਉਸ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਚਲਦੇ ਉਸਦੀ ਮੌਤ ਹੋਈ ਹੈ ਅਤੇ ਉਸਦਾ ਐਨਕਾਊਂਟਰ ਨਹੀਂ ਕੀਤਾ ਗਿਆ ਹੈ, ਜਿਸ ਦੇ ਚਲਦੇ ਹੁਣ ਭੁੱਲਰ ਦੇ ਪਿਤਾ ਵੱਲੋਂ ਉਸਦਾ ਮੁੜ ਪੋਸਟਮਾਰਟਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੀਤਾ ਹੈਗਾ ਦੁਆਰ ਤੋਂ ਪੋਸਟਮਾਰਟਮ ਕਰਨ ਵਾਸਤੇ ਹਾਈ ਕੋਰਟ 'ਚ ਕੀਤਾ ਜੀ। ਹਾਂਜੀ, ਅਤੇ ਇੱਥੇ ਵੀ ਤੁਸੀਂ ਐਪਲੀਕੇਸ਼ਨ ਦਿੱਤੀ ਸੀ ਅਤੇ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੀ? ਨਹੀਂ, ਇੱਥੇ ਡੀਸੀ ਸਾਹਿਬ ਨੇ ਸੈਂਕਸ਼ਨ ਨਹੀਂ ਦਿੱਤੀ, ਉਹਨਾਂ ਹੀ ਕਿਹਾ ਵੀ ਹਾਈ ਕੋਰਟ ਅਥੋਰਿਟੀ ਹੈ ਉਹ ਕਰ ਸਕਦੀ ਹੈ, ਅਸੀਂ ਨਹੀਂ ਕਰ ਸਕਦੇ। ਅਤੇ ਜੋ ਵੀ ਹਾਈ ਕੋਰਟ ਦਾ ਫੈਸਲਾ ਹੋਏਗਾ ਫਿਰ ਤੁਸੀਂ ਉਹੀ ਮੰਨੋਗੇ? ਅਸੀਂ ਹਾਈ ਕੋਰਟ ਕੀਤੀ ਹੈ ਕੀ ਫੈਸਲਾ ਹੁੰਦਾ ਕੋਰਟ 'ਤੇ ਡਿਪੈਂਡ ਕਰ। ਫਿਰੋਜ਼ਪੁਰ ਤੋਂ ਅਕਸ਼ੇ ਗਲਹੋਤਰਾ ਦੀ ਰਿਪੋਰਟ। ਜੈਪਾਲ ਭੁੱਲਰ ਦੇ ਪਰਿਵਾਰ ਨੇ ਹੁਣ ਹਾਈ ਕੋਰਟ ਵੱਲ ਨੂੰ ਰੁਖ ਕੀਤਾ ਹੈ ਅਤੇ ਭੁੱਲਰ ਦੇ ਦੁਬਾਰਾ ਪੋਸਟਮਾਰਟਮ ਕੀਤੇ ਜਾਣ ਦੀ ਮੰਗ ਕੀਤੀ ਹੈ। ਦੱਸਦੇ ਕਿ 9 ਜੂਨ ਨੂੰ ਜੈਪਾਲ ਭੁੱਲਰ ਦਾ ਕਲਕੱਤਾ 'ਚ ਪੰਜਾਬ ਪੁਲਿਸ ਦੇ ਓਕੂ ਅਤੇ ਐਸਟੀਐਫ ਕਲਕੱਤਾ ਦੀ ਟੀਮ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭੁੱਲਰ ਦੀ 12 ਤਰੀਕ ਨੂੰ ਮ੍ਰਿਤਕ ਦੇਹ ਉਸਦੇ ਜੱਦੀ ਘਰ ਫਿਰੋਜ਼ਪੁਰ ਲਿਆਂਦੀ ਗਈ ਸੀ, ਪਰ ਹਲੇ ਤੱਕ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਜੈਪਾਲ ਦੇ ਪਿਤਾ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਜੈਪਾਲ ਨੂੰ ਟੋਰਚਰ ਕੀਤਾ ਗਿਆ, ਉਸ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਚਲਦੇ ਉਸਦੀ ਮੌਤ ਹੋਈ ਹੈ ਅਤੇ ਉਸਦਾ ਐਨਕਾਊਂਟਰ ਨਹੀਂ ਕੀਤਾ ਗਿਆ ਹੈ, ਜਿਸ ਦੇ ਚਲਦੇ ਹੁਣ ਭੁੱਲਰ ਦੇ ਪਿਤਾ ਵੱਲੋਂ ਉਸਦਾ ਮੁੜ ਪੋਸਟਮਾਰਟਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੀਤਾ ਹੈਗਾ ਦੁਆਰ ਤੋਂ ਪੋਸਟਮਾਰਟਮ ਕਰਨ ਵਾਸਤੇ ਹਾਈ ਕੋਰਟ 'ਚ ਕੀਤਾ ਜੀ। ਹਾਂਜੀ, ਅਤੇ ਇੱਥੇ ਵੀ ਤੁਸੀਂ ਐਪਲੀਕੇਸ਼ਨ ਦਿੱਤੀ ਸੀ ਅਤੇ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ? ਨਹੀਂ, ਇੱਥੇ ਡੀਸੀ ਸਾਹਿਬ ਨੇ ਸੈਂਕਸ਼ਨ ਨਹੀਂ ਦਿੱਤੀ, ਉਹਨਾਂ ਹੀ ਕਿਹਾ ਵੀ ਹਾਈ ਕੋਰਟ ਅਥੋਰਿਟੀ ਹੈ ਉਹ ਕਰ ਸਕਦੀ ਹੈ, ਅਸੀਂ ਨਹੀਂ ਕਰ ਸਕਦੇ। ਅਤੇ ਜੋ ਵੀ ਹਾਈ ਕੋਰਟ ਦਾ ਫੈਸਲਾ ਹੋਏਗਾ ਫਿਰ ਤੁਸੀਂ ਉਹੀ ਮੰਨੋਗੇ? ਅਸੀਂ ਹਾਈ ਕੋਰਟ ਕੀਤੀ ਹੈ ਕੀ ਫੈਸਲਾ ਹੁੰਦਾ ਕੋਰਟ 'ਤੇ ਡਿਪੈਂਡ ਕਰ। ਫਿਰੋਜ਼ਪੁਰ ਤੋਂ ਅਕਸ਼ੇ ਗਲਹੋਤਰਾ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन्हां चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मिया रफीक मोहम्मद मोबाइल 84374 94 648 84374 94 648। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।